ਲਿਆ ਓਏ ਡਾਲਾ ਓਏ ਚੁੱਪ ਮੈਂ ਜੀ ਸ਼ਾਦੀ ਕਰਵਾਉਣਾ ਚਾਹੁੰਦਾ ਤੇ ਮੈਨੂੰ ਪਤਾ ਲੱਗਾ ਕਿ ਤੁਸੀਂ ਰਿਸ਼ਤੇ ਕਰਾਉਂਦੇ ਜੀ ਮੈਂ ਰਿਸ਼ਤੇ ਵੀ ਕਰਵਾਨੀ ਆ ਤੇ ਫਰਾਡੀ ਅੰਦਰ ਵੀ ਕਰਵਾਨੀ ਆ ਮੈਂ ਦੁੱਧ ਪਤੀ ਆ ਹੈਂ ਉਹ ਸੌਰੀ ਉਹਨਾਂ ਦੇ ਮੂੰਹ ਚੋਂ ਨਿਕਲ ਗਿਆ ਦੁੱਧ ਪਤੀ ਅਸਲ 'ਚ ਉਹਨਾਂ ਨੇ ਕਰੋੜਾਂ ਪਤੀ ਕਹਿਣਾ ਸੀ ਕਿਸ ਤਰ੍ਹਾਂ ਦਾ ਰਿਸ਼ਤਾ ਚਾਹੀਦਾ ਕੁੜੀ 6 ਫੁੱਟ ਲੰਬੀ ਹੋਵੇ 2 ਫੁੱਟ ਚੌੜੀ ਹੋਵੇ 3 ਸੂਤਰ ਦਾ ਨੱਕ ਹੋਵੇ ਤੇ 2.5 ਇੰਚ ਦੇ ਬੁੱਲ ਹੋਣ ਰੰਗ ਦੀ ਚਿੱਟੀ ਹੋਵੇ ਦਿਲ ਦੀ ਕਾਲੀ ਹੋਵੇ ਹੱਥਾਂ ਦੀ ਸਖਤ ਹੋਵੇ ਤੇ ਪੈਰਾਂ ਦੀ ਮਿੱਟੀ ਨਾ ਛੱਡੇ ਠੀਕ ਪੜ੍ਹੀ ਕਿੰਨੀ ਕੁ ਹੋਵੇ ਪੜ੍ਹਾਈ ਉਹਦੀ ਇੰਜ ਹੋਵੇ ਕਿ ਬੀਏ 'ਚ ਮੈਟ੍ਰਿਕ ਕੀਤਾ ਹੋਵੇ 6ਵੀਂ 'ਚ ਦੌੜੀ ਹੋਵੇ ਤੇ 8ਵੀਂ 'ਚ ਤੁਰ ਕੇ ਗਈ ਹੋਵੇ 2 ਦਾ ਭਾੜਾ ਵੀ ਆਉਂਦਾ ਹੋਵੇ ਯਾਨੀ ਜਿਹਨੇ ਕੋਈ ਡਿਗਰੀ ਸ਼ਿਗਰੀ ਲਈ ਹੋਵੇ ਹਾਂਜੀ ਯਾਨੀ ਤੇ ਉਹਦੀ ਜ਼ਾਤ ਜਿਹੜੀ ਮਰਜ਼ੀ ਹੋਵੇ ਪਰ ਕਮ ਜ਼ਾਤ ਨਾ ਹੋਵੇ ਪੈਸੇ ਵਾਲੇ ਹਾਂਜੀ ਕਿੰਨੇ ਕੁ ਅਮੀਰ ਵੇਖ ਲਓ ਮੈਂ ਰੋਜ਼ ਦੇ 35-40 ਰੁਪਏ ਖਰਚ ਲੈਣਾ ਸਾਈਕਲ ਵੀ ਹੈਗਾ ਜੀ ਇੱਕੋ ਹੀ ਪੈਂਚਰ ਲੱਗਾ ਤੇ ਕੰਮ ਮਾਸ਼ਾਅੱਲਾ ਮੇਰਾ ਇਹੀ ਆ ਕਿ ਮੈਂ ਕੋਈ ਕੰਮ ਲੱਭਾਂ ਤੇ 100 ਕਿੱਲੇ ਜ਼ਮੀਨ ਦਾ ਮਾਲਕ ਵੀ ਮੈਨੂੰ ਜਾਣਦਾ ਕੁੜੀ ਵਾਲੇ ਵੀ ਫਿਰ ਅਮੀਰ ਹੋਣੇ ਚਾਹੀਦੇ ਤਾਂ ਕੋਈ ਇੱਕ ਗੱਲ ਪੁੱਛਾਂ ਕਿਉਂ ਨਹੀਂ ਜੀ ਭਾਵੇਂ ਮੇਰਾ ਨੰਬਰ ਪੁੱਛੋ ਤੁਸੀਂ ਵਿਆਹਾਂ ਤੇ ਗਾਉਂਦੇ ਤੇ ਨਹੀਂ ਉਹ ਨਹੀਂ ਜੀ ਉਸ ਕੰਮ ਨਾਲ ਗੁਜ਼ਾਰਾ ਹੁੰਦਾ ਕੰਮ ਕੱਖ ਦਾ ਨਹੀਂ ਕੁੜੀ ਤੂੰ ਪੂਜਾ ਪੱਟ ਮੰਗੀ ਜਾਣਾ ਮੇਰੀ ਗੱਲ ਮੰਨੇ ਤੇ ਹਈਏ ਵਿਆਹ ਨਾ ਕਰਾਈ ਬੰਦਾ ਘਰੋਂ ਸਬਜ਼ੀ ਲੈਣ ਜਾਂਦਾ ਤੇ ਪਿੱਛੋਂ ਬੁੱਢੀ ਦਾ ਫੋਨ ਪਤਾ ਕੀ ਆਂਦਾ ਨਿੱਕੇ ਮੁੰਡੇ ਦਾ ਸਿਰ ਪਾਟ ਗਿਆ ਤੇ ਫ੍ਰਿਜ ਸੜ ਗਈ ਤੁਹਾਡਾ ਮੇਰਾ ਵਿਆਹ ਹੋ ਸਕਦਾ ਪੰਜਵੇਂ ਦੀ ਇਜਾਜ਼ਤ ਨਹੀਂ ਹੈ ਰਿਸ਼ਤਾ ਛੱਡ ਕੇ ਕੋਈ ਕੰਮ ਲੱਭਦੇ ਗੁੱਡ ਸਮਝਦਾਰ ਲੱਗਾ